ਪਹਿਲਵਾਨੀ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਬੱਚੇ ਕਰਦੇ ਆ ਇਸ ਵੇਲੇ ਇਹੀ ਅਸੀਂ ਸਾਡੇ ਬਜ਼ੁਰਗ ਸਾਨੂੰ ਸਿਖਾਉਂਦੇ ਸੀਗੇ ਅਤੇ ਉਹੀ ਚੀਜ਼ 'ਤੇ ਅਸੀਂ ਚੱਲਦੇ ਹਾਂ ਅਖਾੜਿਆਂ ਦੀ ਵੀ ਇਹ ਚੀਜ਼ਾਂ ਤੋਂ ਬਚੇ ਰਹਿਣਗੇ ਵੀ ਗਾਂਹ ਆਉਣ ਵਾਲੇ ਬੱਚਿਆਂ ਦਾ ਭਵਿੱਖ ਜਿਹੜਾ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਨੂੰ ਦੱਸਦੇ ਹਾਂ ਵੀ ਇਹ ਚੀਜ਼ਾਂ ਤੋਂ ਬਚੋ ਨਸ਼ੇ ਪੱਤਿਆਂ ਦੇ ਨਸ਼ੇ ਦੇ ਦੌਰ 'ਤੇ ਅਤੇ ਪਹਿਲਵਾਨੀ ਕਰਨਾ ਇੱਕ ਬਹੁਤ ਜ਼ਰੂਰੀ ਆ ਇਨਸਾਨ ਦੀ ਆਪਣੀ ਫਿਟਨੈਸ ਬਣੀ ਰਹਿੰਦੀ ਹੈ ਨਸ਼ਿਆਂ ਪੱਤਿਆਂ ਤੋਂ ਰਹਿਤ ਰਹਿੰਦਾ ਵੀ ਹੋਰ ਚੀਜ਼ਾਂ ਤੋਂ ਬਚ ਜਾਂਦਾ ਬੰਦਾ ਆਪਣਾ ਖੁਰਾਕਾਂ ਪਾਣੀ ਖਾਂਦਾ ਵੀ ਕਿਹੜੀ ਅੱਛੀ ਬੁਰੀ ਚੀਜ਼ ਖੁਰਾਕ ਦੀ ਆ ਉਹਦੇ ਬਾਰੇ ਫਿਰ ਇਹਨਾਂ ਨੂੰ ਨੌਲੇਜ ਦੱਸੀ ਜਾਂਦੀ ਹੈ ਆਪਣੀ ਇਸ ਦੁਆਬੇ ਦੇ ਵਿੱਚ ਕਿੰਨੇ ਅਖਾੜੇ ਆ ਇਸ ਵੇਲੇ ਹੁਣੇ ਆ ਜੀ ਕੋਈ ਪੰਦਰਾਂ ਕਿੱਥੇ ਜ਼ਿਆਦਾ ਹੀ ਹੋਣੇ ਆ 100 ਦੇ ਉੱਤੇ ਖੜਾ ਹੋਣਾ ਤੋ ਪੰਜ ਚਾਰ ਤਾਂ ਅਖਾੜੇ ਪਗਵਾੜੇ ਸ਼ਹਿਰ 'ਚ ਚੱਲਦੇ ਆ ਫਲੋਰ ਯਾਰ ਇੱਥੇ ਹੈ 50 ਕੁ ਅਖਾੜੇ ਆ ਹੀ ਚੱਲਦੇ ਬਹੁਤ ਵਧੀਆ ਇਹ ਹਾਂਜੀ ਯਤਨ ਆ ਹਾਂਜੀ ਇਹਨਾਂ ਦੀ ਮਿਹਨਤ ਆ ਬੱਚਿਆਂ ਦੀ ਆਪਣੀ ਇਹ ਨਿਤਨਿਯਮ ਕਰਦੇ ਆਪਣਾ ਰੱਬ ਦਾ ਨਾਂ ਲੈਂਦੇ ਆ ਮੈਂ 6 ਸਾਲਾਂ ਤੋਂ ਕਸਰਤ ਕਰ ਰਿਹਾ ਜੀ ਮੇਰੇ ਜਿਹੜੇ ਉਸਤਾਦ ਨੇ ਸ੍ਰੀ ਸੁਰਜੀਤ ਭਵਾਨ ਜੀ ਲੱਲੀਆਂ ਵਾਲੇ ਉਹ ਉਹਨਾਂ ਦਾ ਪੂਰਾ ਦੁਆਬੇ 'ਚ ਨਾਮ ਆ
ਮੈਂ ਉਹਨਾਂ ਕੋਲ ਆਪਣੀ ਸਰੀਰ ਦੀ ਫਿਟਨੈਸ ਵਾਸਤੇ ਫਗਵਾੜੇ ਤੋਂ ਇੱਥੇ ਡੇਲੀ ਆਉਂਦਾ ਹਾਂ ਅਤੇ ਬਹੁਤ ਖੁਸ਼ੀ ਹੋਈ ਆ। ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ 24 ਸਾਲ ਦੀ ਹੈ ਜੀ। ਅੱਛਾ, ਤੁਸੀਂ ਕਿੰਨੀਆਂ ਐਕਸਚੇਂਜਾਂ 'ਚ ਹੁਣ ਤੱਕ ਪਹਿਲਵਾਨੀ ਕੀਤੀ ਹੈ? ਬਹੁਤ ਵਧੀਆ, ਥੈਂਕ ਯੂ। ਤੁਹਾਡਾ ਸ਼ੁਭ ਨਾਮ ਅਤੇ ਇਸ ਅਖਾੜੇ ਬਾਬਤ ਦੱਸਿਓ, ਇਹ ਕਿੱਦਾਂ ਸ਼ੁਰੂ ਹੋਇਆ? ਅੱਛਾ, ਹਾਂਜੀ, ਮੇਰਾ ਸ਼ੁਭ ਨਾਮ ਹਰਪ੍ਰੀਤ ਸਿੰਘ ਹੈ ਜੀ ਅਤੇ ਪਿਤਾ ਮੇਰੇ ਜੀ ਦਾ ਨਾਮ ਸੁਰਜੀਤ ਸਿੰਘ ਪਹਿਲਵਾਨ, ਜੋ ਕਿ ਹਿੰਦੁਸਤਾਨ ਦੇ ਪ੍ਰਸਿੱਧ ਪਹਿਲਵਾਨ ਹੈ ਜੀ ਹੋਏ ਆ ਅਤੇ ਭਾਰਤ ਕੇਸਰੀ ਵੀ ਰਹਿ ਚੁੱਕੇ ਆ ਜੀ। ਉਹਨਾਂ ਨੇ ਆਪਣੇ ਸਮੇਂ ਵਿੱਚ ਨੰਦਾ ਪਹਿਲਵਾਨ ਅਤੇ ਹੋਰ ਪ੍ਰਸਿੱਧ ਪਹਿਲਵਾਨ ਕੇਰ ਪਹਿਲਵਾਨ ਸ਼ਮੀਰ ਪਹਿਲਵਾਨ ਨਾਲ ਕੁਸ਼ਤੀਆਂ ਲੜੀਆਂ ਜੀ ਅਤੇ ਸਾਨੂੰ ਵੀ ਉਹਨਾਂ ਨੂੰ ਦੇਖ ਕੇ ਪ੍ਰੇਰਿਤ ਹੋਏ। ਅਸੀਂ ਬਚਪਨ ਤੋਂ ਹੀ ਇਸ ਲਾਈਨ 'ਚ ਜੁੜੇ ਹਾਂ ਜੀ ਅਤੇ ਮਤਲਬ ਇਹ ਕਹਿ ਲਓ ਜਦੋਂ ਦਾ ਜਨਮ ਹੋਇਆ ਜੀ ਉਸ ਉਦੋਂ ਤੋਂ ਹੀ ਅਸੀਂ ਇਹ ਲਾਈਨ 'ਚ ਪਏ ਹਾਂ ਅਤੇ ਹੁਣ ਪਿਤਾ ਜੀ ਦਾ ਫਿਰ ਐਕਸੀਡੈਂਟ ਹੋ ਗਿਆ ਸੀ 1984 'ਚ ਅਤੇ ਉਹਨਾਂ ਨੇ ਫਿਰ ਆਪਣੀ ਜਿਹੜੀ ਪਹਿਲਵਾਨੀ ਨਹੀਂ ਕਰ ਸਕੇ ਜੀ ਅਤੇ ਫਿਰ ਉਸ ਤੋਂ ਬਾਅਦ ਅਸੀਂ ਹੋਏ ਹਾਂ ਪਹਿਲਵਾਨੀ ਕਰਨ। ਅਤੇ ਤੁਸੀਂ ਇਹ ਬਹੁਤ ਵੱਡਾ ਯਤਨ ਆ ਤੁਹਾਡਾ, ਕਿੰਨੇ ਕੁ ਲੋਕ ਇੱਥੇ ਆਉਂਦੇ ਆ ਇਸ ਅਖਾੜੇ 'ਚ? ਇੱਥੇ ਲਗਭਗ ਜੀ 20-25 ਮੁੰਡੇ ਆਉਂਦੇ ਆ ਜੀ ਪ੍ਰੈਕਟਿਸ ਕਰਨ। ਹਾਂਜੀ, ਅਤੇ ਸਾਡਾ ਇਹੀ ਆ ਮੁੱਖ ਜੀ ਵੀ ਮੁੰਡੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ, ਨਸ਼ਿਆਂ ਪੱਤਿਆਂ ਤੋਂ ਦੂਰ ਰਹਿਣ ਅਤੇ ਆਪਣਾ ਸਰੀਰ ਸਾਂਭਣ ਜੀ। ਹੋਰ ਤੁਸੀਂ ਜਿਹੜੀਆਂ ਕਿੰਨੀ ਕੰਪੀਟੀਸ਼ਨ ਕਿੱਥੇ ਕਿੱਥੇ ਕਰਦੇ ਹੁੰਦੇ? ਕੰਪੀਟੀਸ਼ਨ ਜੀ ਜਿੱਦਾਂ ਦਿੱਲੀ, ਹਰਿਆਣਾ, ਰਾਜਸਥਾਨ ਤੱਕ ਵੀ ਜਾ ਚੁੱਕੇ ਹਾਂ ਜੀ ਅਤੇ ਪਿਛਲੇ ਸਾਲ ਆਲ ਇੰਡੀਆ ਇੰਟਰ ਯੂਨੀਵਰਸਿਟੀ 'ਚੋਂ ਬਰੋਂਜ਼ ਮੈਡਲ ਸੀ ਜੀ। ਅਨੰਦਪੁਰ ਸਾਹਿਬ ਵੀ ਕੰਪੀਟੀਸ਼ਨ ਲੜਨ ਜਾਂਦਾ ਜੀ। ਠੀਕ ਹੈ, ਵੈਸੇ ਸੁਨੇਹਾ ਕੀ ਦਿਓਗੇ ਅੱਜ ਕੱਲ੍ਹ ਦੇ ਪੰਜਾਬ ਦੇ ਯੂਥ? ਅੱਜ ਕੱਲ੍ਹ ਦੇ ਯੂਥ ਨੂੰ ਇਹੀ ਸੁਨੇਹਾ ਜੀ ਤੁਸੀਂ ਕਿਸੇ ਨਾ ਕਿਸੇ ਖੇਡ ਨਾਲ ਜੁੜੋ ਤਾਂ ਜੋ ਨਸ਼ਿਆਂ ਤੋਂ ਦੂਰ ਰਹਿ ਸਕੀਏ ਜੀ ਅਤੇ ਆਪਣਾ ਸਰੀਰ ਸਾਂਭੋ ਕਿਉਂਕਿ ਜਵਾਨੀ ਮੁੜ ਮੁੜ ਕੇ ਨਹੀਂ ਆਉਂਦੀ ਅਤੇ ਜਿਹੜੀ ਜਵਾਨੀ ਸਾਡੇ 'ਤੇ ਆਈ ਇਹਨੂੰ ਸਾਂਭੋ, ਐਵੇਂ ਨਸ਼ੇ ਪੱਤੇ ਕਰਕੇ ਇਹਨੂੰ ਰੋਲੋ ਨਾ। ਆਪਣਾ ਨਾਮ ਬਣਾਓ। ਹਾਂਜੀ, ਆਪਣਾ ਨਾਮ ਬਣਾਓ। ਹਾਂਜੀ, ਮੇਰਾ ਨਾਂ ਹਰਮਿੰਦਰ ਸਿੰਘ ਹੈ ਜੀ। ਵਾਰੀ ਵਾਰੀ ਹਰਮਿੰਦਰ ਸਿੰਘ ਮੇਰਾ ਨਾਂ ਆ ਜੀ, ਸੰਘ ਢੇਸੀਆਂ ਪਿੰਡ ਆ ਅਤੇ ਮੈਂ ਇੱਥੇ 2011 ਤੋਂ ਜੋਰ ਕਰਨ ਆਉਣਾ ਜੀ, ਤਕਰੀਬਨ 8 ਸਾਲ ਹੋ ਗਿਆ। ਪਹਿਲਵਾਨ ਹੁਣੀ ਮੇਰੇ ਉਸਤਾਦ ਜੀ ਆ, ਮੈਂ ਉਹਨਾਂ ਦਾ ਸ਼ਾਗਿਰਦ ਹਾਂ ਜੀ। ਤਾਂ ਅਸੀਂ ਛਿੰਝਾਂ ਮਾਲੋ ਆਲੇ ਦੁਆਲੇ ਬਹੁਤ ਥਾਈਂ ਜਾਏ ਹਾਂ, ਜਿੱਦਾਂ ਸਮਰਾਲਾ, ਚੰਡੀਗੜ੍ਹ, ਮਤਲਬ ਪਹਿਲਵਾਨ ਹੋਣਾ ਦੇ ਨਾਲ ਅਤੇ ਪਹਿਲਵਾਨ ਹੁਣੀ ਸਾਨੂੰ ਬਹੁਤ ਵਧੀਆ ਜਾਣੀ ਸਾਰੇ ਪਾਸਿਓਂ ਪ੍ਰੇਰਿਤ ਆ ਪਹਿਲਵਾਨੀ ਵੱਲੋਂ, ਇਕੱਲਿਓ ਨਹੀਂ ਹੋਰ ਜ਼ਿੰਦਗੀ ਦੇ ਵਿੱਚ ਜਿਹੜੇ ਉਹਨਾਂ ਨੇ ਅਰਕ ਕੱਢੇ ਉਹ ਸਾਨੂੰ ਦੱਸਦੇ ਆ ਵੀ ਹਾਂ ਇੱਦਾਂ ਨਹੀਂ ਇੱਦਾਂ ਕਰਨੀ ਤਾਂ ਇੱਦਾਂ ਨਹੀਂ ਇੱਦਾਂ ਕਰਨੀ। ਅਤੇ ਸਾਨੂੰ ਵੀ ਸ਼ੌਂਕ, ਮੇਰੇ ਵੀ ਫਾਦਰ ਸਾਹਿਬ ਪਹਿਲਵਾਨ ਸੀਗੇ, ਉਹਨਾਂ ਤੋਂ ਜਾਣੀ ਛੋਟੇ ਹੁੰਦੇ ਸ਼ੌਂਕ ਪੈ ਗਿਆ ਅਤੇ ਜਾਣੀ ਅਸੀਂ ਕਈ ਛਿੰਝਾਂ ਦੇ ਵਿੱਚ ਘੁਲੇ ਵੀ ਹਾਂ ਅਤੇ ਕਈ ਇਨਾਮ ਵੀ ਜਿੱਤੇ ਆ ਅਤੇ ਜਾਣੀ ਅਸੀਂ ਇਹ ਕਹਿੰਦੇ ਹਾਂ ਵੀ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਆ ਨਸ਼ਿਆਂ ਤੋਂ ਬਚਣ ਅਤੇ ਆਪਣੇ ਨਵੀਆਂ ਗੇਮਾਂ ਜਿਹੜੀ ਮਰਜ਼ੀ ਗੇਮ ਕਰ ਲੈਣ, ਇਹ ਨਹੀਂ ਵੀ ਇਕੱਲੀ ਪਹਿਲਵਾਨੀ ਆ, ਫੁੱਟਬਾਲ, ਹਾਕੀ, ਜਿਹੜੀ ਮਰਜ਼ੀ ਗੇਮ ਕਰ ਲੈਣ, ਮਤਲਬ ਗੇਮ ਵੱਲ ਨੂੰ ਕਿਸੇ ਨੂੰ ਜੁੜਨਗੇ ਤਾਂ ਉਹਨਾਂ ਨੂੰ ਮਤਲਬ ਉਹਨਾਂ ਦਾ ਜਿਹੜਾ ਮਨ ਆ ਸ਼ੈਤਾਨ ਨਾ ਬਣੂਗਾ। ਬਹੁਤ ਖੂਬ ਜੀ, ਹਰਮੀਤ ਸਿੰਘ ਕਲਸੀ ਆ। ਸਾਨੂੰ ਬਚਪਨ ਤੋਂ ਹੀ ਸਾਨੂੰ ਸਾਡੇ ਪਿਤਾ ਜੀ ਨੇ ਪ੍ਰੇਰਿਤ ਕੀਤਾ ਕਿਉਂਕਿ ਉਹ ਵੀ ਆਪਣੇ ਸਮੇਂ ਦੇ ਵਧੀਆ ਪਹਿਲਵਾਨ ਰਹਿ ਚੁੱਕੇ ਨੇ ਅਤੇ ਸਾਡੇ ਸਾਡੇ ਹੁਣ ਦੇ ਉਸਤਾਦ ਸਰਦਾਰ ਸੁਰਜੀਤ ਸਿੰਘ ਜੀ ਅਤੇ ਉਹ ਸਾਨੂੰ ਪਹਿਲਵਾਨੀ ਕਰਾਉਂਦੇ ਆ, ਉਹਨਾਂ ਦੇ ਅਖਾੜੇ ਵਿੱਚ ਆ ਕੇ ਅਸੀਂ ਪਹਿਲਵਾਨੀ ਕਰਦੇ ਹਾਂ। ਸਾਡੇ ਅਖਾੜੇ ਦਾ ਨਾਮ ਬਾਬਾ ਦੀਪ ਸਿੰਘ ਜੀ ਆ, ਇਸ ਅਖਾੜੇ ਦੇ ਵਿੱਚ ਅਸੀਂ ਪਿੰਡ ਲੱਲੀਆਂ ਦੇ ਵਿੱਚ ਜੋੜ ਕਰਨ ਆਉਂਦੇ ਹਾਂ ਜੀ ਹਫ਼ਤੇ ਦੇ 6-7 ਦਿਨ। ਬਹੁਤ ਖੂਬ, ਆਓ ਜੀ ਛੋਟੇ ਪਹਿਲਵਾਨ ਜੀ, ਤੁਹਾਨੂੰ ਪਹਿਲਵਾਨੀ ਦਾ ਕਿੱਦਾਂ ਸ਼ੌਂਕ ਪਿਆ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੋਤਪ੍ਰੀਤ ਸਿੰਘ ਲੱਲੀ। ਅੱਛਾ, ਅਤੇ ਪਹਿਲਵਾਨੀ ਦਾ ਸ਼ੌਂਕ ਮੈਂ ਦਾਦਾ ਜੀ ਕੋਲ ਪਿਆ। ਹੈਂ? ਦਾਦਾ ਜੀ ਤੋਂ। ਦਾਦਾ ਜੀ, ਅੱਛਾ। ਕੀ ਕਰਦੇ ਹੁੰਦੇ ਆ, ਉੱਦਾਂ ਕਿੰਨੀ ਵਿੱਚ ਪੜ੍ਹਦੇ? ਮੈਂ ਰਾਜ ਸਾਹਿਬ ਝਿੰਗੜਾ ਪੜ੍ਹਦਾ CBSE, ਮੇਰੀ ਉਮਰ 13 ਸਾਲ ਆ, ਉੱਦਾਂ ਪੜ੍ਹਾਈ ਬਸ ਪਹਿਲਵਾਨੀ। ਕਿੱਦਾਂ ਲੱਗਦਾ ਤੁਹਾਨੂੰ, ਬਾਕੀ ਦੇ ਬੱਚੇ ਕੀ ਕਰਦੇ ਆ ਤੁਹਾਡੀ ਉਮਰ ਦੇ?
ਬਾਕੀ ਦੇ ਅੱਧੇ ਪੜ੍ਹਦੇ ਕੁਛ ਨਹੀਂ ਕਰ ਬਸ ਪੜ੍ਹਦੇ ਅਤੇ ਕਬੱਡੀ ਖੇਡਦੇ ਇੱਦਾਂ ਹੋਰ ਗੇਮਸ ਕਰਦੇ। ਅੱਛਾ ਅਤੇ ਕੋਈ ਗਲਤ ਫਲਤ ਨਹੀਂ ਗੱਲਾਂ ਤੁਹਾਨੂੰ ਸਿਖਾਉਂਦੇ? ਉਹਨਾਂ ਤੋਂ ਬਚ ਕੇ ਰਹਿੰਦੇ ਹੋ? ਹਾਂਜੀ ਠੀਕ ਹੈ। ਅਖਾੜਾ ਪਹੁੰਚਾਉਂਦਾ ਜੀ, ਜਦੋਂ ਅਖਾੜੇ ਰੋਜ਼ ਆਉਂਦੇ ਆ ਇੱਥੇ ਸ਼ੈਕਸ਼ਾ ਮਿਲਦੀ ਆ ਅਤੇ ਫਿਰ ਆਪ ਹੀ ਨਹੀਂ ਮਨ ਦੂਏ ਪਾਸੇ ਜਾਂਦਾ, ਜਾਂ ਇੱਥੇ ਪਹਿਲਵਾਨਾਂ ਨੂੰ ਵੱਡੇ ਪਹਿਲਵਾਨਾਂ ਨੂੰ ਛੋਟੇ ਦੇਖਦੇ। ਹਾਂਜੀ ਤੁਸੀਂ ਦੋਨੇ ਜਿਹੜੇ ਇਕੱਠੇ ਭਰਾ ਹੀ ਹੋ? ਹਾਂਜੀ ਮੈਂ ਤੁਹਾਡੇ ਤੋਂ ਸ਼ੁਰੂ ਕਰੂੰਗਾ। ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਠਹਿਰੋ ਠਹਿਰੋ ਠੀਕ ਕਰ ਲੈਂਦੇ। ਹਾਂਜੀ ਖੁਸ਼ ਹੋ? ਹਾਂਜੀ ਇਹਨਾਂ ਬੱਚਿਆਂ ਨੂੰ ਦੇਖ ਕੇ ਤਾਂ ਅਸੀਂ ਐਨ ਪੂਰੇ ਤਰ੍ਹਾਂ ਦਾ ਆਪਣੀ ਜਵਾਨੀ ਯਾਦ ਆ ਜਾਂਦੀ ਸਾਨੂੰ ਇਹਨਾਂ ਨੂੰ ਦੇਖ ਕੇ। ਅੱਛਾ ਆਪਣਾ ਬਚਪਨ ਯਾਦ ਜਿਹੜਾ ਆ ਜਾਂਦਾ ਇਹਨਾਂ ਨੂੰ ਦੇਖ ਕੇ। ਵੀ ਇਹਨਾਂ ਬੱਚਿਆਂ ਦੀ ਖਾਤਰ ਹੁਣ ਅਸੀਂ ਬੈਠੇ ਹਾਂ ਵੀ ਇਹ ਬੱਚੇ ਆਉਣ ਵਾਲੇ ਸਮੇਂ ਦਾ ਜਿਹੜਾ ਆ ਭਵਿੱਖ ਬਣਨਾ ਇਹਨਾਂ ਨੇ, ਇਹ ਆਉਣ ਵਾਲੀ ਪੀੜ੍ਹੀ ਆ ਸਾਡੀ। ਅਤੇ ਇਹਨਾਂ ਚੀਜ਼ਾਂ ਤੋਂ ਕੋਈ ਵੀ ਬੱਚਾ ਆ ਉਹਨੂੰ ਕਿਸੇ ਨਾ ਕਿਸੇ ਸਪੋਰਟਸਮੈਨ ਗੇਮ ਦੇ ਨਾਲ ਜੁੜਨਾ ਚਾਹੀਦਾ, ਉਹਦੇ ਨਾਲ ਹੀ ਉਸ ਬੱਚੇ ਦਾ ਬਚਾਅ ਹੋ ਸਕਦਾ। ਬਣਨਾ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਹਾਡਾ ਵੀ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ।